ਦੇਖੋ ਸੰਗਤ ਦਰਸ਼ਨ ਪ੍ਰੋਗਰਾਮ ਜਿਹੜਾ ਹੈ ਇਹ ਸਾਰੇ ਪੰਜਾਬ 'ਚ ਅਸੀਂ ਕਰਦੇ ਹਾਂ। ਹੁਣ ਮੈਂ 3 ਦਿਨ ਇਸ ਹਲਕੇ 'ਚ ਲਾਉਣਾ ਸੰਗਤ ਦਰਸ਼ਨ ਪ੍ਰੋਗਰਾਮ। ਇਹਦਾ ਹੁੰਦਾ ਕਿ ਮੌਕੇ 'ਤੇ ਹੀ ਬਹੁਤ ਸਾਰੀਆਂ 100% ਨਹੀਂ ਤਾਂ 80% ਤਕਲੀਫਾਂ ਜੋ ਲੋਕਾਂ ਦੀਆਂ ਹੱਲ ਹੋ ਜਾਂਦੀਆਂ। ਇੱਕ ਸਾਰੇ ਪੰਜਾਬ ਦੇ ਅਫਸਰ ਆਏ ਹੁੰਦੇ ਆ, ਉਹਨਾਂ ਨੂੰ ਵੀ ਹਰ ਹਲਕੇ ਦਾ ਪਤਾ ਲੱਗ ਜਾਂਦਾ ਕਿ ਇਹਦੇ 'ਚ ਕੀ ਕੰਮ। ਇਹ ਮੇਰਾ ਖਿਆਲ ਹੈ ਕਿ ਹਿੰਦੁਸਤਾਨ 'ਚ ਹੋਰ ਕਿਤੇ ਕੋਈ ਨਹੀਂ ਕਰਦਾ। ਟਾਈਮ ਕੰਜ਼ਿਊਮਿੰਗ ਬੜਾ ਹੈ ਲੇਕਿਨ ਇਹਦਾ ਜਨਤਾ ਨੂੰ ਬੜਾ ਫਾਇਦਾ। ਮੈਂ ਆਪਣੀ ਜ਼ਿੰਦਗੀ 'ਚ ਰੱਖਦਾ ਕਿ ਜ਼ਬਾਨੀ ਗੱਲਾਂ ਬਾਤਾਂ ਕਰਨਾ ਪ੍ਰੈਕਟੀਕਲ ਕੀਤੀਆਂ ਜਾਣ। ਮੇਰੇ ਵਾਸਤੇ ਕਾਫੀ ਸਮਾਂ ਲੱਗਦਾ ਹੈ ਪਰ ਇਹਦਾ ਲਾਭ ਬੜਾ ਹੁੰਦਾ। ਇੱਕ ਵਾਰੀ ਜਿਹੜੇ ਸੰਗਤ ਦਰਸ਼ਨ ਜਿਸ ਹਲਕੇ 'ਚ ਹੋ ਜਾਂਦੇ ਆ ਉਹਦੀਆਂ ਕਾਫੀ ਮੁਸ਼ਕਿਲਾਂ ਤਾਂ ਹੱਲ ਹੋ ਜਾਂਦੀਆਂ, ਜਿਹੜੀਆਂ ਰਹਿ ਜਾਂਦੀਆਂ ਉਹ ਸਾਡੇ ਕੋਲ ਲਿਖੀਆਂ ਹੁੰਦੀਆਂ ਉਹ ਫਿਰ ਕਰ। ਦੇਖੋ ਜਿਹੜੀਆਂ ਲੋੜਾਂ ਦੀਆਂ ਜਿਹੜੇ ਵੀ ਲੋੜ ਹੈ, ਨੌਜਵਾਨਾਂ ਦੀਆਂ ਵੱਖਰੀਆਂ, ਦਲਿਤਾਂ ਦੀਆਂ ਵੱਖਰੀਆਂ, ਪੰਚਾਇਤ ਦੀਆਂ ਵੱਖਰੀਆਂ, ਉਹ ਸਾਨੂੰ ਚਿੱਟ ਸਾਡੇ ਕੋਲ ਸਾਰਾ ਰਿਕਾਰਡ ਹੈ। ਉਹਦੇ 'ਚ 70-80% ਮੌਕੇ 'ਤੇ ਸ਼ਮਸ਼ਾਨ ਘਾਟ ਦਾ ਕੁਛ ਵੱਡੇ ਅਫਸਰ ਚੰਗਾ ਜੀ ਉੱਠੋ ਸਰ ਜੀ, ਮੈਂ ਬਹੁਤ ਕੰਮ ਕਰਨਾ, 50 ਪਿੰਡਾਂ ਜਾਣਾ। ਇਹੋ ਜਿਹੀ ਜਿਹੜੀ ਤਕਲੀਫ ਹੋਵੇ ਉਹਦਾ ਹੱਲ ਕਰਿਆ ਕਰੋ। ਚਲੋ ਠੀਕ ਹੈ, ਇਹ ਕਰੋ ਫਿਰ ਇਹਨਾਂ ਦੀ। ਚਾਲੀ ਫਰਿਸ਼ਤਾਂ ਵੀ ਹੋ ਜਾਂਦੀਆਂ। ਹਾਂਜੀ, ਹੋਰ ਕੋਈ ਤਰੀਕਾ? ਆਪਣੋ ਇੱਕ ਵਾਰੀ ਕੰਮ ਮੁੱਕਿਆ, ਇਹ ਨਾਲਿਆਂ ਦਾ ਪਾਣੀ ਗੰਦਾ ਹੋ ਕੇ ਜਿਹੜਾ ਤੁਹਾਡਾ ਪੀਣ ਵਾਲਾ ਪਾਣੀ ਉਹ ਵੀ ਗੰਦਾ ਹੋ ਜਾ। ਪਾਰਟੀ ਜਿਹੜੀ ਗੱਲ ਸਮਝੀ ਉਹਨੂੰ ਵਾਰ ਵਾਰ ਨਾ ਕਹੋ, ਫਿਰ ਟਾਈਮ ਨਹੀਂ, ਟਾਈਮ ਬੜੀ ਮਨੀ। ਤੁਸੀਂ ਆਪ ਜਿਹੜੇ ਆ ਇਹ ਕੰਮ ਲਿਖੇ ਕਰ, ਠੀਕ ਹੈ? ਹਾਂਜੀ।